नमस्कार, प्रोग्राम तारे आप दिन देख रहे 10:30 का तो बहुत बहुत स्वागत है। आओ तो हमें मिलाइए दुनिया के मशहूर ज्योतिष शिरोमणि सुखमिंदर जी के नाल, जिन्हां दे उपाय चंद्रा ते सिद्ध कीते रत्ना ने ज्योतिष की दुनिया विच क्रांति लिया दी है। सुखमिंदर जी, आज प्रोग्राम विच तुहाडा बहुत बहुत स्वागत है। नमस्कार। सो अज भी असीं गल करदे हां शनि देव दे द्वारा दित्तियां होईयां प्रॉब्लम्स ते ਕਿੱਦਾਂ ਅਸੀਂ ਉਹਨਾਂ ਦਾ ਨਿਵਾਰਨ ਕਰ ਸਕਦੇ ਹਾਂ। ਸਰੀਰਕ ਬਿਮਾਰੀਆਂ ਦੇ ਨਾਸ਼ ਦੇ ਲਈ ਓਮ ਨਮਾ ਸ਼ਿਵਾਏ, ਜਿਹੜਾ ਇਹ ਜਿਹੜਾ ਸ਼ਡਾਕਸ਼ਰ ਮੰਤਰ ਹੈ, ਇਹਦਾ ਜਾਪ ਨਿਰੰਤਰ ਕਰਦੇ ਰਹੋ। ਸ਼ਨੀ ਪੀੜਾ ਦੇ ਕਾਲ ਦੇ ਵਿੱਚ ਤੁਸੀਂ ਜਿਹੜਾ ਹੈ ਰੁਦਰਾਸ਼ਟਕ ਦਾ ਹਰ ਸ਼ਨੀਵਾਰ ਨੂੰ ਸਵੇਰੇ ਸਵੇਰੇ ਪਾਠ ਕਰੋ। ਸ਼ਨੀਵਾਰ ਨੂੰ ਸ਼ਨੀ ਮੰਦਰ ਦੇ ਵਿੱਚ ਜਾ ਕੇ ਸ਼ਨੀ ਦੇਵ ਨੂੰ ਗੁੱਗਲ ਦੀ ਧੂਫ ਦਿਓ। ਸ਼ਨੀ ਦੀ ਪੀੜਾ ਦੇ ਨਿਵਾਰਨ ਦੇ ਲਈ ਸ਼ਨੀ ਦੇ ਦਾਨ ਪਦਾਰਥਾਂ ਦਾ ਜਿਹੜਾ ਹੈ ਸ਼ਨੀਵਾਰ ਨੂੰ ਕਿਸੇ ਚੰਗੇ ਪਾਤਰ ਨੂੰ ਦਾਨ ਦਿਓ, ਜਿਹੜਾ ਨੀਡੀ ਹੈਗਾ। ਸ਼ਨੀ ਦੀ ਪੀੜਾ ਦੇ ਸ਼ਮਨ ਦੇ ਲਈ ਮਾਂ ਕਾਲੀ ਜੀ ਦੀ ਸਤੁਤੀ ਜਿਹੜੀ ਹੈ ਉਹ ਤੁਸੀਂ ਮਾਨਸਿਕ ਰੂਪ ਦੇ ਵਿੱਚ ਵਾਰ ਵਾਰ ਕਰਦੇ ਰਹੋ। ਕਾਲੀ ਕਾਲੀ ਮਹਾਕਾਲੀ ਕਾਲੀ ਕੇ ਪਰਮੇਸ਼ਵਰੀ ਸਰਵਨੰਦ ਕਰੇ ਦੇਵੀ ਨਾਰਾਇਣੀ ਨਮਸਤੇ। ਸੋ ਇਹਦੇ ਨਾਲ ਮਾਂ ਕਾਲੀ ਜੀ ਦਾ ਜਾਪ ਕਰਦੇ ਰਹੋ। ਸ਼ਨੀਵਾਰ ਦਾ ਵਰਤ ਜਿਹੜਾ ਬਹੁਤ ਹੀ ਸ਼ਰਧਾ ਦੇ ਨਾਲ ਕਰਦੇ ਰਹੋ। ਇਹ ਵਰਤ ਜਿਹੜਾ ਹੈ ਸ਼ੁਕਲ ਪਕਸ਼ ਦੇ ਪਹਿਲੇ ਸ਼ਨੀਵਾਰ ਤੋਂ ਸਟਾਰਟ ਕੀਤਾ ਜਾ ਸਕਦਾ ਹੈ। ਵਰਤ ਦੀ ਸੰਖਿਆ 7, 19, 25, 33, 51 ਹੋ ਸਕਦੀ ਹੈ। ਸੋ ਇਸ ਦਿਨ ਭੋਜਨ ਜਿਹੜਾ ਸੂਰਿਆ ਅਸਤ ਤੋਂ 2 ਘੰਟੇ ਬਾਅਦ ਕਰ ਸਕਦੇ ਹੈ। ਇਸ ਦਿਨ ਤੁਸੀਂ ਜਿਹੜੀ ਕਾਲੀ ਬੱਛੀ ਜਿਹਦੇ ਸਿੰਘ ਨਾ ਹੋਣ ਉਹਨੂੰ ਘਾਹ ਖਿਲਾਓਗੇ ਤਾਂ ਇੱਕ ਜਿਹੜਾ ਵਿਅਕਤੀ ਜਿਹਦੇ ਸਿਰ ਦੇ ਉੱਤੇ ਕਰਜ਼ਾ ਹੈਗਾ ਉਹਦਾ ਕਰਜ਼ਾ ਦੂਰ ਹੋ ਜਾਏਗਾ। ਸ਼ਨੀਵਾਰ ਨੂੰ ਤੁਸੀਂ ਬਜਰੰਗ ਬਲੀ ਸ਼੍ਰੀ ਹਨੂੰਮਾਨ ਜੀ ਦੀ ਆਰਾਧਨਾ ਜ਼ਰੂਰ ਕਰੋ। ਸ਼੍ਰੀ ਸੁੰਦਰ ਕਾਂਡ ਤੇ ਹਨੂੰਮਾਨ ਚਾਲੀਸਾ ਦਾ ਪਾਠ ਕਰੋ। ਹਨੂੰਮਾਨ ਜੀ ਦੇ ਸਾਹਮਣੇ ਸਰੋਂ ਤੇ ਚਮੇਲੀ ਦੇ ਤੇਲ ਦਾ ਦੀਵਾ ਜਲਾਓ। ਸੋ ਆਖਰੀ ਵਰਤ ਵਾਲੇ ਦਿਨ ਜਿਹੜਾ ਉਧਿਆਪਨ ਦੇ ਸਮੇਂ ਤੁਸੀਂ ਜਿਹੜਾ ਹੈ ਸੰਕਸ਼ਿਪਤ ਹਵਨ ਕਰੋ। ਹਵਨ ਦੇ ਵਿੱਚ ਸ਼ਮੀ ਪੇੜ ਦੀ ਲੱਕੜੀ ਦਾ ਉਪਯੋਗ ਕਰੋ, ਜਿਹਦੇ ਨਾਲ ਕਾਫੀ ਵਧੀਆ ਰਿਜ਼ਲਟਸ ਮਿਲ ਸਕਦੇ ਹੈ। ਸੋ ਪਿਆਰੇ ਦਰਸ਼ਕੋ, ਜੇ ਕੋਈ ਵੀ ਗ੍ਰਹਿ ਤੁਹਾਡਾ ਮਾੜਾ ਹੈ, ਬਿਲਕੁਲ ਉਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਟਾਈਮ ਲੈ ਕੇ ਆ ਕੇ ਮਿਲ ਕੇ ਤੁਸੀਂ ਸਾਨੂੰ ਸਾਡੇ ਵੱਖ ਵੱਖ ਆਪਣੇ ਗ੍ਰਹਿਆਂ ਦੀ ਪੀੜਾ ਦਾ ਨਿਵਾਰਨ ਜ਼ਰੂਰ ਕਰਵਾ ਸਕਦੇ ਹੋ ਜੀ। ਖੂਨ ਦੀਆਂ ਬਿਮਾਰੀਆਂ, ਜਿਹਦੇ ਵਿੱਚ ਕੋਹੜ ਤੇ ਖੁਜਲੀ ਦਾ ਰੋਗ ਵੀ ਆ ਜਾਂਦਾ ਹੈ, ਐਸੀ ਹਾਲਤ ਦੇ ਵਿੱਚ ਉਸ ਬਿਮਾਰੀਆਂ ਨੂੰ ਦੂਰ ਕਰਨ ਦੇ ਲਈ ਤੁਸੀਂ ਪਰਵਲ ਦੀ ਸਬਜ਼ੀ ਬਣਾ ਕੇ ਜਦੋਂ ਖਾਂਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਲਾਭ ਹੋ ਸਕਦਾ ਹੈ। ਸੋ ਵਾਸਤੂ ਦੇ ਵਿੱਚ ਅੱਜ ਅਸੀਂ ਗੱਲ ਕਰਦੇ ਹਾਂ ਬੈਡਰੂਮ ਦੇ ਬਾਰੇ ਕਿ ਬੈਡਰੂਮ ਕਿੱਦਾਂ ਦਾ ਹੋਣਾ ਚਾਹੀਦਾ ਹੈ। ਪਿਆਰੇ ਦਰਸ਼ਕੋ, ਬੈਡਰੂਮ ਜਿਹੜਾ ਹੈਗਾ ਸਾਰੇ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਥਾਨ ਰੱਖਦਾ ਹੈ। ਘਰ ਦਾ ਮਾਲਕ ਜਦੋਂ ਘਰ ਦਾ ਨਿਰਮਾਣ ਕਰਵਾਉਂਦਾ ਹੈ ਤਾਂ ਉਹਨੂੰ ਦਿਸ਼ਾ ਦਾ ਚੁਣਾਵ ਵਾਸਤੂ ਦੇ ਆਧਾਰ ਤੇ ਕਰਵਾਉਣਾ ਚਾਹੀਦਾ ਹੈ। ਬੈਡਰੂਮ ਦਾ ਨਿਰਮਾਣ ਤੇ ਉਹਨੂੰ ਵਿਵਸਥਿਤ ਕਰਨਾ ਤੇ ਉਹਦੇ ਵਿਗਿਆਨਿਕ ਤੱਥਾਂ ਤੇ ਵਾਸਤੂ ਦੇ ਨਿਯਮਾਂ ਦਾ ਪਾਲਣ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ, ਜਿਹਦੇ ਨਾਲ ਜਿਹੜਾ ਹੈ ਘਰ ਦੇ ਵਿੱਚ ਰਹਿਣ ਵਾਲਾ ਘਰ ਦਾ ਮਾਲਕ ਉਹਦਾ ਪਰਿਵਾਰ ਸੁਖੀ ਰਹਿੰਦਾ ਹੈ, ਮਿੱਠੀ ਨੀਂਦ ਲੈਂਦਾ ਹੈ, ਮਿੱਠੀ ਨੀਂਦ ਦਾ ਆਨੰਦ ਲੈਂਦਾ ਹੈ, ਚੰਗੀ ਸਿਹਤ ਰਹਿੰਦੀ ਹੈ। ਸੋ ਚੰਗੀ ਸਿਹਤ ਦੇ ਲਈ ਕਰਮ ਖੇਤਰ ਦੇ ਵਿੱਚ ਆਪਣੀ ਪੂਰੀ ਕਸ਼ਮਤਾ ਦਾ ਪ੍ਰਯੋਗ ਕਰ ਸਕਦਾ ਹੈ। ਇਸ ਲਈ ਬਹੁਤ ਹੀ ਜ਼ਰੂਰੀ ਹੈ ਕਿ ਘਰ ਦਾ ਸਵਾਮੀ ਜਦੋਂ ਘਰ ਦਾ ਨਿਰਮਾਣ ਕਰਵਾਉਂਦਾ ਤਾਂ ਮਾਸਟਰ ਬੈਡਰੂਮ ਦੇ ਲਈ ਦਿਸ਼ਾ ਦਾ ਚੁਣਾਵ ਜਿਹੜਾ ਹੈ ਵਾਸਤੂ ਦੇ ਆਧਾਰ ਤੇ ਕਰਵਾਉਣਾ ਚਾਹੀਦਾ ਹੈ ਕਿ ਕਿਸ ਦਿਸ਼ਾ ਦੇ ਵਿੱਚ ਮਾਸਟਰ ਬੈਡਰੂਮ ਬਣਾਉਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਪੂਰਬ, ਇਸ ਦਿਸ਼ਾ ਦੇ ਵਿੱਚ ਘਰ ਦਾ ਸਵਾਮੀ ਜਿਹੜਾ ਹੈ ਉਹਦੇ ਲਈ ਸੌਣ ਦਾ ਕਮਰਾ ਬਣਾਉਣਾ ਵਧੀਆ ਨਹੀਂ ਮੰਨਿਆ ਜਾਂਦਾ। ਜੇ ਭਵਨ ਦੇ ਵਿੱਚ ਪੂਰਬ ਦਿਸ਼ਾ ਦੇ ਵਿੱਚ ਬੈਡਰੂਮ ਬਣਿਆ ਹੋਇਆ ਤਾਂ ਉਹਨੂੰ ਜਿਹੜਾ ਅਨਮੈਰਿਡ ਬੱਚਿਆਂ ਦੇ ਲਈ ਜਿਹੜਾ ਹੈ ਬੈਡਰੂਮ ਬਣਾਉਣ ਦੇ ਤੌਰ 'ਤੇ ਅਸੀਂ ਉਹਨੂੰ ਦੇ ਸਕਦੇ ਹਾਂ। ਇਸ ਕਕਸ਼ ਦੇ ਵਿੱਚ ਨਿਊਲੀ ਮੈਰਿਡ ਦੰਪਤੀ ਬਿਲਕੁਲ ਨਹੀਂ ਹੋਣੇ ਚਾਹੀਦੇ ਕਿਉਂਕਿ ਇਹ ਬਿਲਕੁਲ ਪਵਿੱਤਰ ਸਥਾਨ ਹੈ, ਪਵਿੱਤਰ ਦਿਸ਼ਾ ਹੈ ਜਿੱਥੇ ਮੈਰਿਡ ਲਾਈਫ ਦੇ ਰਿਲੇਸ਼ਨਸ ਨਹੀਂ ਬਣਾਏ ਜਾ ਸਕਦੇ। ਪੂਰਬ ਦਿਸ਼ਾ ਜਿਹੜੀ ਹੈ ਦੇਵਰਾਜ ਇੰਦਰ ਦੀ ਦਿਸ਼ਾ ਹੁੰਦੀ ਹੈ, ਇਸ ਲਈ ਗ੍ਰਹਿਆਂ ਦੇ ਵਿੱਚ ਸੂਰਜ ਗ੍ਰਹਿ ਦੀ ਦਿਸ਼ਾ ਮੰਨੀ ਜਾਂਦੀ ਹੈ। ਇਸ ਲਈ ਪੂਰਬ ਦਿਸ਼ਾ ਦੇ ਵਿੱਚ ਜੇ ਬੈਡਰੂਮ ਬਣਿਆ ਹੋਵੇ ਤਾਂ ਨਵ ਵਿਵਾਹਿਤਾ ਜਿਹੜੇ ਕਪਲ ਹੈ ਉਹਨਾਂ ਨੂੰ ਬਿਲਕੁਲ ਉੱਥੇ ਨਹੀਂ ਸੁਆਉਣਾ ਚਾਹੀਦਾ। ਬਜ਼ੁਰਗਾਂ ਜਾਂ ਅਨਮੈਰਿਡ ਬੱਚਿਆਂ ਦੇ ਲਈ ਇਹਨੂੰ ਅਸੀਂ ਬੈਡਰੂਮ ਦੇ ਰੂਪ ਦੇ ਵਿੱਚ ਉਪਯੋਗ ਕਰ ਸਕਦੇ ਹਾਂ, ਪੂਰਬ ਦਿਸ਼ਾ ਦਾ ਜਿਹੜਾ ਕਮਰਾ ਹੈਗਾ ਹੈ। ਸੋ ਜੇ ਤੁਹਾਨੂੰ ਕੋਈ ਵਾਸਤੂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਟਾਈਮ ਲੈ ਕੇ ਮਿਲ ਕੇ ਉਸ ਪ੍ਰੋਬਲਮ ਦਾ ਸਾਡੇ ਕੋਲ ਨਿਸ਼ਚਿਤ ਰੂਪ 'ਚ ਹੱਲ ਕਰਵਾ ਸਕਦੇ ਹੋ। ਇਹਦਾ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦਾ ਅਤੇ ਖਾਸ ਕਰਕੇ ਉਹਨਾਂ ਦਾ ਰਾਸ਼ੀ ਫਲ ਦੇਖਣ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਅਤੇ ਉਹਦੀ ਸਾਨੂੰ ਬਹੁਤ ਸਹਾਇਤਾ ਮਿਲਦੀ ਹੈ। ਮੈਂ ਵਿਪਨ ਕੁਮਾਰ ਡੋਗਰਾ ਜੀ, ਮੈਂ ਰੋਜ਼ ਸਵੇਰੇ ਜਸਵਿੰਦਰ ਜੋਸ਼ੀ ਦਾ ਪ੍ਰੋਗਰਾਮ ਦੇਖਦਾ ਤਾਰੇ ਆਖਦੇ ਹਨ। ਇਹ ਬਹੁਤ ਹੀ ਅੱਛਾ ਪ੍ਰੋਗਰਾਮ ਹੈ, ਇਹਦੇ ਵਿੱਚ ਜਿੰਨੇ ਵੀ ਟੁੱਟ ਕੇ ਦੱਸਦੇ ਨੇ ਉਹਨਾਂ ਨੂੰ ਇਸਤੇਮਾਲ ਕਰੋ, ਉਹਨਾਂ ਬਹੁਤ ਬੈਨੀਫਿਟ ਮਿਲਦਾ ਹੈ, ਮੈਨੂੰ ਵੀ ਮਿਲਿਆ ਹੈ। ਅਤੇ ਮੇਰਾ ਗੁਜ਼ਾਰਿਸ਼ ਹੈ ਕਿ ਸਾਰੇ ਹੀ ਸਵੇਰੇ ਉੱਠ ਕੇ ਪ੍ਰੋਗਰਾਮ ਦੇਖੋ, ਇਹਨਾਂ ਦੇ ਟੁੱਟ ਕੇ ਜੇ ਦੱਸਦੇ ਨੇ ਉਹਨਾਂ 'ਤੇ ਅਮਲ ਕਰੋ, ਇਹਦੇ ਨਾਲ ਬਹੁਤ ਹੀ ਬੈਨੀਫਿਟ ਮਿਲੇਗਾ ਤੁਹਾਨੂੰ। ਹੈਲੋ, ਮੇਰਾ ਨਾਮ ਅਨਿਲ ਸੋਂਦੀ, ਤਾਰੇ ਆਖਦੇ ਪ੍ਰੋਗਰਾਮ ਮੈਂ ਰੋਜ਼ ਸਵੇਰੇ 8 ਵਜੇ ਦੇਖਦਾ ਵਾਂ ਅਤੇ ਇਹਨਾਂ ਦੇ ਟੋਟਕਿਆਂ ਦਾ ਮੈਂ ਇਸਤੇਮਾਲ ਕੀਤਾ ਅਤੇ ਮੇਰੇ ਜੀਵਨ ਵਿੱਚ ਸੁਧਾਰ ਆਇਆ ਅਤੇ ਪਲੀਜ਼ ਤੁਸੀਂ ਵੀ ਦੇਖੋ। ਮੈਂ ਅਮਿਤ ਸੋਂਦੀ ਬੋਲਦਾ ਜੀ, ਤਾਰੇ ਆਖਦੇ ਪ੍ਰੋਗਰਾਮ ਰੋਜ਼ਾਨਾ ਸੁਬਹਾ ਦੇਖਦਾ ਹਾਂ ਅਤੇ ਸੁਖਮਿੰਦਰ ਜੋਸ਼ੀ ਦਾ
ਸੋ ਮੋਤੀ ਦੇ ਬਾਰੇ ਅਸੀਂ ਕੁਝ ਦਿਨਾਂ 'ਚ ਤੁਹਾਡੇ ਨਾਲ ਗੱਲ ਕੀਤੀ, ਮੋਤੀ ਦੇ ਉਪਯੋਗ ਦੇ ਬਾਰੇ ਅੱਜ ਗੱਲ ਕਰਦੇ ਹਾਂ। ਚੀਨ ਦੇ ਵਿੱਚ ਇੱਕ ਮਰੇ ਹੋਏ ਵਿਅਕਤੀ ਦੇ ਮੂੰਹ ਦੇ ਵਿੱਚ ਮੋਤੀ ਦਾ ਦਾਣਾ ਰੱਖ ਕੇ ਉਹਦਾ ਦਾਹ ਸੰਸਕਾਰ ਕਰਦੇ ਹਾਂ। ਸੋ ਐਸਾ ਮੰਨਿਆ ਜਾਂਦਾ ਹੈ ਕਿ ਐਸੀ ਹਾਲਤ ਦੇ ਵਿੱਚ ਇਨਸਾਨ ਨੂੰ ਜਿਹੜਾ ਸਵਰਗ ਮਿਲਦਾ ਹੈ, ਐਸਾ ਚੀਨੀਆਂ ਦਾ ਵਿਸ਼ਵਾਸ ਹੈ। ਜਾਪਾਨੀ ਬੋਧੀਆਂ ਦਾ ਵਿਸ਼ਵਾਸ ਹੈਗਾ ਕਿ ਮੋਤੀ ਈਸ਼ਵਰ ਦੇ ਦੁਆਰਾ ਉਤਪੰਨ ਕੀਤਾ ਗਿਆ ਹੈ, ਇਸ ਲਈ ਉਹਨੂੰ ਆਪਣੇ ਕੋਲ ਰੱਖਣ ਦੇ ਨਾਲ ਈਸ਼ਵਰ ਦੀ ਸ਼ਕਤੀ ਪੈਦਾ ਹੁੰਦੀ ਹੈ, ਸ਼ਕਤੀ ਮਿਲਦੀ ਹੈ। ਸੋ ਇਸ ਤੋਂ ਇਲਾਵਾ ਵੇਦਾਂ ਦੇ ਵਿੱਚ ਵੀ ਮੋਤੀ ਦੀ ਭਸਮ ਦਾ ਸੇਵਨ ਕਰਨ ਦੇ ਨਾਲ ਅਰਥ, ਧਰਮ, ਕਾਮ ਤੇ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਸੋ ਪਿਆਰੇ ਦਰਸ਼ਕੋ, ਹੁਣ ਗੱਲ ਕਰਦੇ ਹਾਂ ਅਸੀਂ ਮੂੰਗੇ ਰਤਨ ਯਾਨੀ ਕਿ ਕੋਰਲ ਦੇ ਬਾਰੇ। ਮੂੰਗਾ ਰਤਨ ਦਾ ਸਵਾਮੀ ਮੰਗਲ ਗ੍ਰਹਿ ਹੈ, ਇਹਨੂੰ ਅਸੀਂ ਹਿੰਦੀ ਦੇ ਵਿੱਚ ਮੂੰਗਾ ਤੇ ਫਾਰਸੀ ਦੇ ਵਿੱਚ ਮਿਰਜ਼ਾਨ ਕਹਿੰਦੇ ਹਾਂ। ਫਿਰ ਮੂੰਗੇ ਦੇ ਬਾਰੇ ਹੈ ਕਿ ਮੂੰਗਾ ਜਿਹੜਾ ਹੈ ਪੁੱਜ ਹਿਮਾਲਿਆ ਸ਼ਿਖਰ ਮਾਨ ਸਰੋਵਰ ਦੇ ਵਿੱਚ ਵਿਸ਼ੇਸ਼ ਰੂਪ 'ਚ ਮਿਲਦਾ ਹੈ, ਇਹਦੀਆਂ ਜੜ੍ਹਾਂ ਦੇ ਸ਼ਾਖਾਵਾਂ ਉੱਥੇ ਨਿਕਲਦੀਆਂ। ਸੰਦੂਰੀ ਹਿੰਗੂ ਜਾਂ ਗੇਰੂਆ ਰੰਗ ਦਾ ਮੂੰਗਾ ਹੁੰਦਾ ਹੈ, ਇਹਦਾ ਅੰਗ ਜਿਹੜਾ ਛਿਪਿਆ ਨਰਮ ਲੱਕੜੀ ਵਰਗਾ ਹੁੰਦਾ ਹੈ। ਬ੍ਰਾਹਮਣ ਵਰਣ ਦਾ ਮੂੰਗਾ ਜਿਹੜਾ ਹੈ ਸੰਦੂਰੀ ਕਸ਼ਤਰੀਆ ਵਰਗ ਦਾ ਸਿੰਗਰਿਫ ਜਾਂ ਹਿੰਗੂਲ ਦੇ ਫੁੱਲ ਦੇ ਰੰਗ ਵਰਗਾ, ਵੈਸ਼ਿਆ ਵਰਣ ਦਾ ਮੂੰਗਾ ਗੇਰੂਏ ਰੰਗ ਦਾ ਤੇ ਸ਼ੂਦਰ ਵਰਣ ਦਾ ਮੂੰਗਾ ਜਿਹੜਾ ਹੈ ਗਹਿਰਾਪਨ ਲਿੱਤੇ ਹੋਏ ਹੁੰਦਾ ਹੈ। ਲਾਭ ਕੀ ਹੋ ਸਕਦੇ ਹੈ? ਮੂੰਗੇ ਨੂੰ ਘਿਸ ਕੇ ਇੱਕ ਪ੍ਰੈਗਨੈਂਟ ਲੇਡੀ ਦੇ ਪੇਟ ਦੇ ਉੱਤੇ ਜੇ ਅਸੀਂ ਲੇਪ ਕਰਦੇ ਹਾਂ ਤਾਂ ਉਹਨੂੰ ਜਿਹੜਾ ਮਿਸ ਕੈਰਜ ਰੁਕ ਸਕਦਾ ਹੈ, ਤੇ ਕੁਛ ਦਿਨਾਂ ਬਾਅਦ, ਪੂਰੇ ਦਿਨਾਂ ਬਾਅਦ, ਪੂਰੇ ਟਾਈਮ ਬਾਅਦ ਉਹਨੂੰ ਇੱਕ ਸਵਸਥ ਬੱਚੇ ਦਾ ਜਨਮ ਆਉਂਦੇ ਹੁੰਦਾ ਹੈ। ਸੋ ਮੂੰਗਾ ਜਿਹੜਾ ਹੈ ਬੱਚੇ ਦੇ ਗਲੇ ਦੇ ਵਿੱਚ ਪਹਿਨਣ ਦੇ ਨਾਲ ਪੇਟ ਦਾ ਦਰਦ ਦੂਰ ਹੁੰਦਾ ਹੈ, ਸੁੱਖਾ ਰੋਗ ਜਿਹੜਾ ਇਹ ਦੂਰ ਹੁੰਦਾ ਹੈ, ਚੰਗੇ ਘਾਟ ਦਾ ਚਮਕਦਾਰ ਚਿਕਨਾ ਮੂੰਗਾ ਪਹਿਨਣ ਦੇ ਨਾਲ ਮਨ ਪ੍ਰਸੰਨ ਰਹਿੰਦਾ ਹੈ। ਮੂੰਗੇ ਦੀ ਮਾਲਾ ਜਿਹੜੀ ਹੈ ਸ਼ੁਭ ਦਿਨ ਦੇ ਵਿੱਚ ਪਹਿਨਣ ਦੇ ਨਾਲ ਮਿਰਗੀ ਤੇ ਦਿਲ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹੈ। ਸੋਨੇ ਦੇ ਨਾਲ ਮੂੰਗੇ ਦਾ ਦਾਨ ਕਰਨ ਦੇ ਨਾਲ ਮੰਗਲ ਗ੍ਰਹਿ ਦੇ ਕਸ਼ਟ ਦੂਰ ਹੁੰਦੇ ਹੈ। ਮੂੰਗਾ ਰਤਨ ਦੇ ਗਹਿਣੇ ਵੀ ਪਾਏ ਜਾਂਦੇ ਹੈ। ਮੂੰਗੇ ਦਾ ਵਜ਼ਨ ਜਿਹੜਾ ਹੈ 5 ਟਾਂਕ ਦਾ ਹੋਵੇ ਤਾਂ ਉਹ ਮਣੀ ਸੰਸਾਰ ਦੇ ਵਿੱਚ ਸੁੱਖ ਭੋਗ ਸੰਪੱਤੀ ਦੇਣ ਵਾਲੀ ਹੁੰਦੀ ਹੈ। ਸੋ ਇਹਦੀ ਕੀਮਤ ਤੇ ਰਤਨਾਂ ਦੀ ਅਪੇਕਸ਼ਾ ਬਹੁਤ ਘੱਟ ਹੈ, ਲੇਕਿਨ ਮੂੰਗੇ ਦੇ ਗੁਣ ਬਹੁਤ ਜ਼ਿਆਦਾ ਨੇ। ਜੇ ਤੁਹਾਡਾ ਬੱਚਾ ਬਹੁਤ ਜ਼ਿਆਦਾ ਜ਼ਿੱਦੀ ਹੋ ਗਿਆ ਹੋਵੇ, ਕਹਿਣਾ ਨਾ ਮੰਨਦਾ ਹੋਵੇ ਤਾਂ ਇਹ ਉਪਾਅ ਕਰੋ। ਤੁਸੀਂ ਜਿਹੜਾ ਹੈ ਦੁਕਾਨ ਤੋਂ ਕਿਤੋਂ ਵੀ 100 ਗ੍ਰਾਮ ਖਸਖਸ ਲੈ ਕੇ ਆਓ। ਖਸਖਸ ਨੂੰ 24 ਦਿਨ ਤੱਕ ਗਾਇਤਰੀ ਮੰਤਰ ਦੇ ਨਾਲ ਇੱਕ ਮਾਲਾ ਰੋਜ਼ ਜਪ ਕੇ ਸਿੱਧ ਕਰ ਲਓ। ਕਿਸੇ ਵਿਦਵਾਨ ਤੋਂ ਵੀ ਕਰਵਾ ਸਕਦੇ ਹੋ। ਫਿਰ ਇਸ ਖਸਖਸ ਨੂੰ ਤੁਸੀਂ ਉਹਨੂੰ ਹਰ ਸਬਜ਼ੀ ਦੇ ਵਿੱਚ 24 ਦਿਨ ਤੱਕ ਜਿਹੜਾ ਹੈ ਤੜਕਾ ਲਗਵਾ ਕੇ ਖਿਲਾਓ। ਇਹ ਸਬਜ਼ੀ ਜਿਹੜੀ ਘਰ ਦੇ ਸਾਰੇ ਸਦੱਸਿਆ ਵੀ ਖਾ ਸਕਦੇ ਨੇ। ਇਸ ਪ੍ਰਯੋਗ ਦੇ ਨਾਲ ਬਾਲਕ ਦਾ ਜ਼ਿੱਦੀਪਨ ਹੌਲੀ ਹੌਲੀ ਠੀਕ ਹੋਣ ਲੱਗ ਜਾਏਗਾ। ਜੇ ਲੋੜ ਹੋਵੇ ਤਾਂ ਇਹ ਪ੍ਰਯੋਗ ਜਿਹੜਾ ਇੱਕ ਵਾਰੀ ਹੋਰ ਦੁਹਰਾਇਆ ਜਾ ਸਕਦਾ ਹੈ, ਜਿਹਦੇ ਨਾਲ ਬੱਚਾ ਤੁਹਾਡਾ ਨਿਸ਼ਚਿਤ ਰੂਪ ਦੇ ਵਿੱਚ ਕਹਿਣਾ ਮੰਨਣ ਲੱਗ ਜਾਏਗਾ। ਸੋ ਅੱਜ ਦਾ ਰਾਸ਼ੀਫਲ ਮੇਸ਼ ਸ਼ਨੀ ਇਰਿਸ। ਕੰਮ ਕਾਜ ਠੀਕ ਰਹੇਗਾ, ਲੇਕਿਨ ਸਿਹਤ ਦੇ ਪ੍ਰਤੀ ਸਚੇਤ ਰਹਿਣ ਦੀ ਲੋੜ ਹੈ। ਵ੍ਰਿਸ਼ ਸ਼ਨੀ ਟੌਰਸ। ਅੱਜ ਮਨ ਤੁਹਾਡਾ ਉਦਾਸ ਰਹਿ ਸਕਦਾ ਹੈ, ਨੁਕਸਾਨ ਹੋਣ ਦਾ ਡਰ ਬਣਿਆ ਰਹਿ ਸਕਦਾ ਹੈ। ਮਿਥੁਨ ਯਾਨੀ ਜੈਮਨੀ। ਤੁਹਾਡੇ ਇਰਾਦਿਆਂ ਨੂੰ ਕਾਮਯਾਬੀ ਮਿਲ ਸਕਦੀ ਹੈ, ਸ਼ੁਭ ਕੰਮਾਂ ਦੇ ਵਿੱਚ ਧਿਆਨ ਲੱਗਿਆ ਰਹਿ ਸਕਦਾ ਹੈ। ਕਰਕ ਯਾਨੀ ਕੈਂਸਰ। ਜ਼ਮੀਨੀ ਕੰਮਾਂ ਤੇ ਕੋਰਟ ਕਚਹਿਰੀ ਦੇ ਕੰਮਾਂ ਦੇ ਵਿੱਚ ਸਫਲਤਾ ਮਿਲ ਸਕਦੀ ਹੈ। ਸਿੰਘ ਯਾਨੀ ਲੀਓ। ਤੁਹਾਡੇ ਪੁਰਾਣੇ ਚੱਲੇ ਆ ਰਹੇ ਕੰਮਾਂ ਦੇ ਵਿੱਚ ਅੱਜ ਸਫਲਤਾ ਮਿਲ ਸਕਦੀ ਹੈ। ਹਰ ਫੈਸਲਾ ਬਹੁਤ ਹੀ ਸੋਚ ਵਿਚਾਰ ਕੇ ਲਈਓ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਕੰਨਿਆ ਯਾਨੀ ਵਰਗੋ। ਤੁਸੀਂ ਅੱਜ ਹਰ ਤਰੀਕੇ ਦੇ ਨਾਲ ਹਾਵੀ ਪ੍ਰਭਾਵੀ ਰਹਿ ਸਕਦੇ ਹੋ। ਆਪਣੇ ਕਿਸੇ ਰਿਸ਼ਤੇਦਾਰ ਤੇ ਦੋਸਤਾਂ ਦੀਆਂ ਅੱਖ ਉੱਤੇ ਅੱਖਾਂ ਮੀਚ ਕੇ ਭਰੋਸਾ ਬਿਲਕੁਲ ਨਾ ਕਰਿਓ। ਤੁਲਾ ਯਾਨੀ ਲਿਬਰਾ। ਅੱਜ ਧਨ ਲਾਭ ਦੇ ਲਈ 17 ਚੰਗਾ ਹੈ, ਕਾਰੋਬਾਰ ਦੇ ਵਿੱਚ ਕਾਮਯਾਬੀ ਮਿਲ ਸਕਦੀ ਹੈ। ਵ੍ਰਿਸ਼ਚਿਕ ਯਾਨੀ ਸਕਾਰਪੀਓ। ਅੱਜ ਦਾ ਦਿਨ ਤੁਹਾਡੇ ਲਈ ਖਰਚਿਆਂ ਤੇ ਤਨਹਾਨੀ ਵਾਲਾ ਹੈ, ਜਿਸ ਨਾਲ ਤੁਹਾਨੂੰ ਟੈਨਸ਼ਨ ਰਹਿ ਸਕਦੀ ਹੈ। ਤੁਹਾਨੂੰ ਯਾਨੀ ਸੈਜੀਟੇਰੀਅਸ। ਲੈਣ ਦੇਣ ਦੇ ਮਾਮਲਿਆਂ ਦੇ ਵਿੱਚ ਸਾਵਧਾਨੀ ਵਰਤਣ ਦੀ ਲੋੜ ਹੈ, ਉਧਾਰ ਦੇ ਚੱਕਰ ਦੇ ਵਿੱਚ ਬਿਲਕੁਲ ਨਾ ਫਸਿਓ। ਮਕਰ ਯਾਨੀ ਕੈਪਰੀਕੋਰਨ। ਸਫਲਤਾ ਸਾਥ ਦੇ ਸਕਦੀ ਹੈ, ਤੁਹਾਡਾ ਤੇਜ ਪ੍ਰਭਾਵ ਤੇ ਦਬਦਬਾ ਬਣਿਆ ਰਹਿ ਸਕਦਾ ਹੈ। ਕੁੰਭ ਯਾਨੀ ਐਕੁਆਰੀਅਸ। ਧਾਰਮਿਕ ਕੰਮਾਂ ਦੇ ਵੱਲ ਅੱਜ ਤੁਹਾਡਾ ਧਿਆਨ ਲੱਗਿਆ ਰਹਿ ਸਕਦਾ ਹੈ, ਸਰਕਾਰੀ ਤੇ ਗੈਰ ਸਰਕਾਰੀ ਕੰਮਾਂ ਦੇ ਵਿੱਚ ਕਾਮਯਾਬੀ ਮਿਲ ਸਕਦੀ ਹੈ। ਆਖਿਰ ਦੇ ਵਿੱਚ ਮੀਨ ਯਾਨੀ ਪਾਈਸਿਸ। ਪੇਟ ਦੇ ਲਈ ਅੱਜ ਦਾ 17 ਖਤਰਨਾਕ ਹੈ, ਪੇਟ ਦੀਆਂ ਪ੍ਰੋਬਲਮਸ ਆ ਸਕਦੀਆਂ ਹੈ। ਡਰਾਈਵਿੰਗ ਬਹੁਤ ਹੀ ਕੇਅਰਫੁਲੀ ਕਰਿਓ, ਹੋ ਸਕੇ ਤਾਂ ਇੱਕ ਵਾਹਨ ਦੁਰਘਟਨਾ ਨਾਸ਼ਕ ਯੰਤਰ ਤੁਸੀਂ ਆਪਣੇ ਵਾਹਨ ਤੇ ਲਗਾ ਕੇ ਚੱਲੋ। ਦਰਸ਼ਕੋ, ਜੇ ਤੁਸੀਂ ਵੀ ਦੁਨੀਆ ਦੇ ਮੰਨੇ ਹੋਏ ਜੋਤਿਸ਼ ਸ਼੍ਰੋਮਣੀ ਸੁਖਮਿੰਦਰ ਜੀ ਨੂੰ ਮਿਲਣਾ ਚਾਹੁੰਦੇ ਹੋ, ਜਾਂ ਉਹਨਾਂ ਤੋਂ ਆਪਣਾ ਟੇਵਾ ਬਣਵਾਉਣਾ ਚਾਹੁੰਦੇ ਹੋ, ਜਾਂ ਉਹਨਾਂ ਨੂੰ ਆਪਣਾ ਟੇਵਾ ਵਿਖਾਉਣਾ ਚਾਹੁੰਦੇ ਹੋ, ਗ੍ਰਹਿ ਕਲੇਸ਼ ਤੇ ਮਾਨਸਿਕ ਸ਼ਾਂਤੀ ਲਈ ਸਿਰ ਕੀਤੀ ਹੋਈ ਧੁਨੀ ਕਾਲ ਸਰ ਪਿਓ ਦੇ ਉਪਾਅ ਦੇ ਸਮਾਨ, ਆਤਮ ਵਿਸ਼ਵਾਸ ਲਈ ਨਵਰਤਨ ਦੇ ਪੈਂਡੈਂਟ, ਬ੍ਰੈਸਲੇਟ, ਨੀਲਮ ਪੁਖਰਾਲ, ਡਾਇਮੰਡ ਤੇ ਵੱਖ ਵੱਖ ਰਾਸ਼ੀਆਂ ਦੇ ਸਿਰ ਕੀਤੇ ਹੋਏ ਨਾਕ, ਅੰਗੂਠੀਆਂ ਤੇ ਪੈਂਡੈਂਟ, ਲੈਬ ਟੈਸਟਿੰਗ ਦੀ ਰਿਪੋਰਟ, ਵੱਖ ਵੱਖ ਗ੍ਰਹਿ ਦੀ ਮਲਾਵਾਂ, ਸਿਰ ਕੀਤੇ ਵਿਸ਼ੇਸ਼ ਜੰਤਰ, ਸਫਟਿਕ ਦੇ ਸ਼੍ਰੀ ਅੰਤਰ, ਸਫਟਿਕ ਦੇ ਪਾਰੇ ਦੇ ਸ਼ਿਵਲਿੰਗ, ਤਾਤੂ ਦੇ ਕਛੂਏ, ਕੁਮਰਪੀਠ ਸ਼੍ਰੀ ਅੰਤਰ, ਸਰਸਵਤੀ ਰੁਦਰਾਕਸ਼ ਕਵਚ, ਸ਼ਨੀ ਕਵਚ, ਖੁਸ਼ਹਾਲੀ ਦੇ ਸਿੱਕੇ, ਜ਼ਿੱਦੀ ਬੱਚਾ ਲਈ ਰੁਦਰਾਕਸ਼ ਕਵਚ, ਲਕਸ਼ਮੀ ਜੀ ਦੀਆਂ ਚਰਨ ਪਾਦੁਕਾਵਾਂ,
ਲਕਸ਼ਮੀਕਾਰ ਅਕੋਡੀਆਂ ਸ਼ੰਖ ਤੰਤਰੋਗਤ ਨਾਰੀਅਲ ਧਾਤੂ ਦੇ ਸੂਰਜਕਾਰ ਜਾਂ ਅਕੋਡੀਆਂ ਜਲ ਪ੍ਰਭਾਵ ਵਾਲੇ ਸਟੋਨ ਲੈ ਕੇ ਤਕਦੀਰ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਾਂ ਇਹ ਸਾਰੀਆਂ ਵਸਤੂਆਂ ਲੈਣ ਲਈ ਅਤੇ ਉਹਨਾਂ ਨੂੰ ਮਿਲਣ ਲਈ ਉਹਨਾਂ ਦਾ ਪਤਾ ਨੋਟ ਕਰ ਲਵੋ ਆਉਣ ਤੋਂ ਪਹਿਲੇ ਫੋਨ ਕਰਕੇ ਸਮਾਂ ਜ਼ਰੂਰ ਲੈ ਲੈਣਾ ਉਹਨਾਂ ਦਾ ਪਤਾ ਹੈ ਜੋਤਿਸ਼ ਰੋਮੜੀ ਸੁਖਮਿੰਦਰ ਜੀ ਗੋਲਡ ਮੈਡਲਿਸਟ 30/1 ਸਰਾਭਾ ਨਗਰ ਲੁਧਿਆਣਾ ਅਤੇ ਫੋਨ ਨੰਬਰ ਹੈ 98-726-2533 ਅਤੇ 94-170-2533 ਦਰਸ਼ਕੋ ਅਸੀਂ ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ ਕੱਲ੍ਹ ਤੱਕ ਲਈ ਨਮਸਕਾਰ ਨਮਸਕਾਰ